ਸ੍ਰੀ ਅਕਾਲ ਜੀ, ਮੇਰਾ ਨਾਮ ਗੁਰਕੀਰਤ ਸਿੰਘ ਹੈ। ਮੈਂ ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਠੱਕਰਪੁਰਾ ਪੱਟੀ ਦਾ ਵਿਦਿਆਰਥੀ ਹਾਂ। ਮੈਂ 8th ਕਲਾਸ ਵਿੱਚ ਪੜ੍ਹਦਾ ਹਾਂ। ਮੈਨੂੰ ਸ਼ੁਰੂ ਤੋਂ ਹੀ ਕਵਿਤਾ ਬੋਲਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਮੈਂ 3rd ਕਲਾਸ ਤੋਂ ਇਹ ਕਵਿਤਾ ਬੋਲਦਾ ਆ ਰਿਹਾ ਹਾਂ। ਮੈਨੂੰ ਇਹ ਉਮੀਦ ਨਹੀਂ ਸੀ ਕਿ ਮੈਂ ਇੱਥੋਂ ਤੱਕ ਪਹੁੰਚੂੰਗਾ। ਮੇਰੇ ਸਭ ਤੋਂ ਵੱਡਾ ਹੱਥ ਮੇਰੇ ਟੀਚਰਸ ਦਾ ਵਾ, ਜੋ ਉਹਨਾਂ ਨੇ ਮੈਨੂੰ ਇੰਨਾ ਗਾਈਡ ਕੀਤਾ, ਇੰਨਾ ਐਪਰੀਸ਼ੀਏਟ ਕੀਤਾ ਵਾ, ਤਾਂ ਮੈਂ ਇੱਥੇ ਤੱਕ ਪਹੁੰਚ ਸਕਿਆ ਹਾਂ। ਉਸ ਤੋਂ ਵੱਡਾ ਹੱਥ ਮੇਰੇ ਦੀਦੀ ਦਾ ਵਾ, ਮੇਰੇ ਵੱਡੇ ਦੀਦੀ ਰਜਮੀਤ ਕੌਰ, ਉਹ ਹੀ ਮੇਰੀਆਂ ਇਹ ਕਵਿਤਾਵਾਂ ਲਿਖਦੇ ਆ ਅਤੇ ਮੈਂ ਇਹ ਕਵਿਤਾ ਥਾਂ ਥਾਂ 'ਤੇ ਬੋਲਦਾ ਹਾਂ। ਮੇਰਾ ਨਾਮ ਦਲਬੀਰ ਕੌਰ ਹੈ ਔਰ ਮੈਂ ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਤੌਰ ਵਾਈਸ ਪ੍ਰਿੰਸੀਪਲ ਪਿਛਲੇ 7 ਸਾਲਾਂ ਤੋਂ ਕੰਮ ਕਰ ਰਹੀ ਹਾਂ। ਸਾਡਾ ਇਹ ਸਕੂਲ ਠੱਕਰਪੁਰਾ ਰੋਡ ਠੱਕਰਪੁਰਾ ਪਿੰਡ ਵਿੱਚ ਹੈ, ਪੱਟੀ ਦੇ ਵਿੱਚ ਸਥਿਤ ਹੈ। ਇਹ ਪਿਛਲੇ 21 ਸਾਲਾਂ ਤੋਂ ਇਹ ਸਕੂਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੱਚਿਆਂ ਨੂੰ ਆਪਣੀ ਸਿੱਖਿਆ ਦੇ ਰਿਹਾ ਹੈ। ਇਹ ਸਾਡੇ ਸਕੂਲ ਦਾ ਬੱਚਾ ਗੁਰਕੀਰਤ ਸਿੰਘ 8th ਕਲਾਸ ਦਾ ਵਿਦਿਆਰਥੀ ਹੈ, ਜੋ ਕਿ ਹਰ ਐਕਟੀਵਿਟੀ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਭੂਮਿਕਾ ਨਿਭਾਉਂਦਾ ਹੈ। ਚਾਹੇ ਉਹ ਖੇਡਾਂ ਦਾ ਪੱਧਰ ਹੋਵੇ, ਚਾਹੇ ਉਹ ਪੜ੍ਹਾਈ ਦਾ ਖੇਤਰ ਹੈ, ਚਾਹੇ ਉਹ ਕੋਈ ਵੀ ਧਰਮ ਦੇ ਨਾਂ 'ਤੇ ਕੋਈ ਵੀ ਖੇਤਰ ਹੈ, ਇਸ ਬੱਚੇ ਦਾ ਸ਼ੁਰੂ ਤੋਂ ਹੀ ਰੁਝਾਨ ਵੱਖਰੀ ਵੱਖਰੀ ਐਕਟੀਵਿਟੀਆਂ ਵਿੱਚ ਪਾਰਟੀਸਪੇਟ ਕਰਨ ਦਾ ਹੁੰਦਾ। ਇਸ ਬੱਚੇ ਨੇ ਕਿਸਮੇ ਕਿਤਨਾ ਹੈ ਦਮ ਪ੍ਰੋਗਰਾਮ ਦੇ ਵਿੱਚ ਪਾਰਟੀਸਪੇਟ ਕੀਤਾ ਹੈ, ਜੋ ਕਿ ਕਵਿਤਾ ਜਿਹੜੀ ਇਨ ਪੋਇਟਰੀ ਆ ਉਹ ਬੋਲੀ ਆ। ਇਹ ਬੱਚੇ ਜਿਹੜਾ ਹੈਗਾ ਅੱਗੇ ਤੱਕ ਸਫਲ ਰਿਹਾ ਹੈ। ਇਸ ਬੱਚੇ ਦਾ ਇਹ ਆਸ ਕਰਦੇ ਹਾਂ ਕਿ ਇਹ ਬੱਚਾ ਅੱਗੇ ਜਾ ਕੇ ਵੀ ਜੇ ਫਾਈਨਲ ਦੇ ਵਿੱਚੋਂ ਜਿੱਤ ਕੇ ਆਵੇਗਾ ਅਤੇ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਅਤੇ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰੇ। ਔਰ ਮੈਂ ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਪੜ੍ਹਾ ਰਹੀ ਹਾਂ। ਮੇਰੀ ਕੁਆਲੀਫਿਕੇਸ਼ਨ MBA ਹੈ ਔਰ ਮੈਂ ਇਹ ਸਟੂਡੈਂਟਸ ਜੋ ਕਿ ਗੁਰਕੀਰਤ ਸਿੰਘ ਹੈ ਇਹਦੀ ਕਲਾਸ ਇੰਚਾਰਜ ਹਾਂ। ਜਿਹੜਾ ਸਤਲੁਜ ਪਬਲਿਕ ਸਕੂਲ ਹੈ ਉਹ ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚ ਠੱਕਰਪੁਰਾ ਵਿਲੇਜ ਦੇ ਵਿੱਚ ਹੈ। ਤੁਹਾਡਾ ਸ਼ੋਅ ਸੀਗਾ ਕਿਸਮੇ ਕਿਤਨਾ ਹੈ ਦਮ, ਉਸ ਵਿੱਚ ਇਸ ਸਟੂਡੈਂਟ ਗੁਰਕੀਰਤ ਸਿੰਘ ਨੇ ਪੋਇਟਰੀ ਕੰਪੀਟੀਸ਼ਨ ਦੇ ਵਿੱਚ ਪਾਰਟੀਸਪੇਟ ਕੀਤਾ, ਜੋ ਕਿ ਬਹੁਤ ਵਧੀਆ ਚੱਲਿਆ। ਬਹੁਤ ਸਾਰੇ ਰਾਊਂਡਸ ਹੋਏ ਔਰ ਇਸ ਸਟੂਡੈਂਟਸ ਨੇ ਆਪਣੇ ਸਾਰੇ ਹੀ ਰਾਊਂਡਸ ਬੜੇ ਸੋਹਣੇ ਤਰੀਕੇ ਦੇ ਨਾਲ ਪੂਰੇ ਕੀਤੇ ਔਰ ਅੱਜ ਉਹ ਲਾਸਟ ਫਾਈਨਲ ਦੇ ਵਿੱਚ ਪਹੁੰਚ ਚੁੱਕਾ ਹੈ। ਇਸ ਬੱਚੇ ਦੀ ਸਕੂਲ ਦੇ ਵਿੱਚ ਪਰਫਾਰਮੈਂਸ ਵੀ ਬਹੁਤ ਅੱਛੀ ਨੇ, 100% ਰਿਜ਼ਲਟ ਰਹਿੰਦਾ ਹੈ ਔਰ ਹਰ ਇੱਕ, ਚਾਹੇ ਉਹ ਕੁਇਜ਼ ਕੰਪੀਟੀਸ਼ਨ ਹੋ, ਪੋਇਟਰੀ ਦਾ ਹੋਵੇ, ਸਟੱਡੀ ਦਾ ਹੋਵੇ ਜਾਂ ਗੇਮਸ ਦਾ ਹੋਵੇ, ਹਰ ਇੱਕ ਦੇ ਵਿੱਚ ਬਹੁਤ ਹੀ ਗੁੱਡ ਹੈ। ਪਰਿਵਾਰ ਦੇ ਵਿੱਚ ਵੀ ਇਹਦੀ ਬਹੁਤ ਅੱਛੀ ਰਿਪੋਰਟ ਹੈ, ਸਕੂਲ ਦੇ ਵਿੱਚ ਵੀ। ਔਰ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਬੱਚਾ ਅੱਗੇ ਜਾ ਕੇ ਵੀ ਬਹੁਤ ਵਧੀਆ ਕੰਮ ਜਾਵੇ। ਹੈਲੋ, ਮਾਈ ਨੇਮ ਇਜ਼ ਮਨਪ੍ਰੀਤ ਕੌਰ। ਗੁਰਕੀਰਤ ਸਾਡਾ ਕਲਾਸਮੇਟ ਆ, ਬਹੁਤ ਵਧੀਆ ਪੜ੍ਹਦਾ ਹੈ, ਕਲਾਸ 'ਚ ਵੀ 100% ਰਿਜ਼ਲਟ ਆਉਂਦਾ ਵਾ, ਹਮੇਸ਼ਾ ਫਸਟ ਆਉਂਦਾ ਹਰ ਸਾਲ, ਅਤੇ ਪੁਆਇੰਟਸ ਪੋਇਟਰੀ ਕੁਇਜ਼ ਕੰਪੀਟੀਸ਼ਨ ਕੋਈ ਵੀ ਹੋਵੇ ਉਹਦੇ ਵਿੱਚ ਵੀ ਫਸਟ ਪ੍ਰਾਈਜ਼ ਗੁਰਕੀਰਤ ਦਾ ਹੀ ਹਮੇਸ਼ਾ ਹੁੰਦਾ ਵਾ। ਬਹੁਤ ਵਧੀਆ ਬ੍ਰਦਰ ਸਾਡਾ, ਫਰੈਂਡ ਵੀ ਆ, ਗੁਰਕੀਰਤ ਸਾਡਾ ਬਹੁਤ ਵਧੀਆ ਬੈਸਟ ਫਰੈਂਡ ਆ, ਇਹ ਕਲਾਸ 'ਚ ਬਹੁਤ ਵਧੀਆ ਪੜ੍ਹਦਾ ਵਾ, ਇਹਦਾ 100% ਰਿਜ਼ਲਟ ਹੁੰਦਾ ਵਾ। ਮਾਈ ਨੇਮ ਇਜ਼ ਗੁਰਜੀਤ ਸਿੰਘ, ਗੁਰਕੀਰਤ ਮੇਰਾ ਬਹੁਤ ਵਧੀਆ ਫਰੈਂਡ ਆ, ਅਸੀਂ ਨਰਸਰੀ ਇਕੱਠੇ ਪੜ੍ਹਦੇ ਆ ਰਹੇ ਹਾਂ ਅਤੇ ਕਲਾਸ ਵਿੱਚ ਹਰ ਸਾਲ ਫਸਟ ਆਉਂਦਾ ਹੈ, ਇਹ ਗੇਮਸ 'ਚ ਵੀ ਫਸਟ ਆਉਂਦਾ ਹੈ, ਇਹ ਮੇਰਾ ਬਹੁਤ ਵਧੀਆ ਫਰੈਂਡ ਆ। ਕਿਸਮੇ ਕਿਤਨਾ ਹੈ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਸਵੰਤ ਸਿੰਘ, ਪਿੰਡ ਭੱਗੂਪੁਰ, ਜ਼ਿਲ੍ਹਾ ਤਰਨ ਤਾਰਨ। ਮੇਰਾ ਪੋਤਰਾ ਗੁਰਕੀਰਤ ਸਿੰਘ ਕਲਾਸ 8ਵੀਂ 'ਚ ਪੜ੍ਹਦਾ ਅਤੇ ਬਹੁਤ ਹੋਣਹਾਰ ਲੜਕਾ। ਕਈ ਥਾਈਂ ਇਹ ਨੈਤਿਕ ਸਿੱਖਿਆ ਅਧਾਰਤ ਕੰਪੀਟੀਸ਼ਨ 'ਚ ਗਿਆ, ਉੱਥੇ ਵੀ ਫਸਟ ਆਇਆ। ਹੋਰ ਜਿਹੜੇ ਧਾਰਮਿਕ ਸੰਸਥਾਵਾਂ 'ਤੇ ਕਈ ਵਾਰ ਇਹਨੂੰ ਬੁਲਾਇਆ ਗਿਆ, ਉੱਥੇ ਵੀ ਕਈ ਵਾਰ ਫਸਟ ਆਇਆ। ਬਾਕੀ ਇਹ ਲਗਨ ਦੇ ਨਾਲ ਪੜ੍ਹਾਈ ਕਰਦਾ, ਜਿਹੜਾ ਕੰਮ ਇਹਨੂੰ ਕਹੀ ਜਾਂਦਾ ਉਹ ਲਗਨ ਨਾ ਕਰਦਾ, ਬੜੇ ਧਿਆਨ ਨਾ ਕਰਦਾ। ਇਹ ਕਵਿਤਾਵਾਂ ਵਿੱਚ ਵੀ ਭਾਗ ਲੈਂਦਾ ਅਤੇ ਮੈਂ ਅਰਦਾਸ ਕਰਦਾ ਵੀ ਜਿਹੜਾ ਬੱਚਾ ਹੈ ਅੱਗੇ ਤੋਂ ਹੋਰ ਇਹਦੇ ਵੱਧ ਚੜ੍ਹ ਕੇ ਹਿੱਸਾ ਲਵੇ ਅਤੇ ਸਫਲਤਾ ਪ੍ਰਾਪਤ ਕਰਕੇ ਆਵੇ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਕੀਰਤ ਸਿੰਘ ਦੀ ਦਾਦੀ ਹਾਂ। ਮੇਰੀਆਂ ਸਾਰੀਆਂ ਪੜ੍ਹਾਈਆਂ ਦੇ ਉੱਤੇ ਬਹੁਤ ਖੁਸ਼ ਹਾਂ। ਮੇਰੇ ਬੱਚੇ ਦੇ ਸਿਰ 'ਤੇ ਭਾਵੇਂ ਬੁੱਢੇ ਸਾਹਿਬ ਦਾ ਹੱਥ ਹੈ। ਮੈਂ ਇਸੇ ਤਰ੍ਹਾਂ ਇਹਨੂੰ ਚਾਹੁੰਦੀ ਹਾਂ ਵੀ ਸਾਰੇ ਕੰਮਾਂ ਦੇ ਵਿੱਚ, ਕਵਿਤਾਵਾਂ ਦੇ ਵਿੱਚ ਮੇਰਾ ਬੱਚਾ ਇਸੇ ਤਰ੍ਹਾਂ ਨੰਬਰ ਲੈ ਕੇ ਜਾਵੇ। ਮੈਂ ਇਸੇ ਵਾਸਤੇ ਇਹਨਾਂ ਦੀਆਂ ਥਾਂ ਥਾਂ 'ਤੇ ਅਰਦਾਸਾਂ ਜਿਹੜੀਆਂ ਕਰਦੀ ਹਾਂ, ਜਿੰਨੀਆਂ ਵੀ ਕਵਿਤਾਵਾਂ ਨੇ। ਬਾਕੀ ਜਿੱਥੇ ਵੀ ਇਹ ਜਾਂਦਾ ਫਸਟ ਹੀ ਆਉਂਦਾ, ਇਨਾਮ ਵੀ ਲਿਆਉਂਦਾ ਹੈ, ਸਾਰੇ ਨੰਬਰਾਂ 'ਤੇ ਬੱਚਿਆਂ ਦੇ ਅੱਗੇ ਆ ਰਿਹਾ। ਸਾਰੇ ਜਿੱਥੇ ਜਿੱਥੇ ਵੀ ਜਾਂਦਾ, ਧਾਰਮਿਕ ਸਕੂਲਾਂ 'ਚ ਚਾਹੇ ਗੁਰਦੁਆਰਿਆਂ 'ਚ, ਜਿੱਥੇ ਵੀ ਆ। ਬਾਕੀ ਸਰਦੀ ਵੀ ਸ਼ਾਬਾਸ਼ ਹੈ, ਤਾਂ ਜਿੰਨਾ ਸਿੱਖਿਆ ਦਿੱਤੀ ਇਸ ਬੰਨੇ ਲਾਇਆ, ਉਹਨਾਂ ਦਾ ਵੀ ਮੈਂ ਦੇਣ ਨਹੀਂ ਦੇ ਸਕਦੀ। ਇਸ ਬੱਚੇ ਬਾਰੇ ਮੈਂ ਇਹ ਸੋਚਦੀ ਰਹਿੰਦੀ ਵੀ ਹਰ ਵੇਲੇ ਜਿੱਥੇ ਵੀ ਜਾਵੇ ਇਹ ਪ੍ਰੋਗਰਾਮ ਜਿੱਤ ਕੇ ਆਵੇ ਅਤੇ ਮਾਂ ਪਿਓ ਦਾ ਰੋਸ਼ਨ ਨਾ ਕਰੇ। ਖਾਲਸਾ, ਵਾਹਿਗੁਰੂ ਫਤਿਹ। ਮੈਂ ਗੁਰਵਰਿਆਮ ਸਿੰਘ, ਗੁਰਕੀਰਤ ਸਿੰਘ ਦੇ ਫਾਦਰ, ਜੋ ਕਿ ਪਿੰਡ ਭੱਗੂਪੁਰ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ ਦੇ ਰਹਿਣ ਵਾਲੇ ਹਾਂ, ਜੋ ਕਿ ਮੇਰਾ ਲੜਕਾ ਗੁਰਕੀਰਤ ਸਿੰਘ ਸ਼ੁਰੂ ਤੋਂ ਹੀ ਧਾਰਮਿਕ ਅਤੇ ਪੜ੍ਹਾਈ ਦੇ ਵਿੱਚ ਬਹੁਤ ਹੀ ਅੱਗੇ ਚੱਲ ਰਿਹਾ ਹੈ। ਸੋ ਜਿੱਥੇ ਵੀ ਗਿਆ ਵਾ ਉੱਥੇ ਫਸਟ ਹੀ ਆ ਰਿਹਾ ਵਾ। ਕੋਈ ਵੀ ਇਹਨੇ ਸਕੂਲ ਵੱਲੋਂ ਵੀ ਅਤੇ ਹੋਰ ਵੀ ਧਾਰਮਿਕ ਪੇਪਰਾਂ ਦੇ ਵਿੱਚ, ਧਾਰਮਿਕ ਭਾਸ਼ਣ ਵਿੱਚ, ਧਾਰਮਿਕ ਕਿਤਾਬਾਂ ਵਿੱਚ, ਖੇਡਾਂ ਵਿੱਚ, ਹਰ ਇੱਕ ਥਾਂ 'ਤੇ ਇਹਨੇ ਜੋ ਕਿ ਪ੍ਰਾਈਜ਼ ਲਿਆਉਂਦੇ ਨੇ, ਬਹੁਤ ਹੀ ਫਸਟ ਆਉਂਦਾ ਰਿਹਾ। ਸਕੂਲ ਦਾ ਮਾਣ ਅਤੇ ਮਾਤਾ ਪਿਤਾ ਦਾ ਮਾਣ ਅਤੇ ਪਿੰਡ ਦਾ ਮਾਣ ਬਹੁਤ ਵਧਾਇਆ ਹੈ। ਅਸੀਂ ਇਹ ਕੰਮ ਕਰਦੇ ਹਾਂ ਸਤਿਗੁਰ ਦੇ ਅੱਗੇ ਅਰਦਾਸ, ਕਾਕਾ ਗੁਰਕੀਰਤ ਸਿੰਘ ਨੂੰ ਅੱਗੇ ਵੀ, ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਸਤਿਗੁਰ ਪਾਤਸ਼ਾਹ ਇਸ ਮੱਤ ਬਖਸ਼ਣ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਇਸ ਲੈਣ ਵਿੱਚ ਪੈ ਕੇ ਪਿੰਡ ਦਾ ਮਾਣ ਅਤੇ ਸਕੂਲ ਦਾ ਜੋ ਕਿ ਮਾਣ ਵਧਾ ਸਕੇ। ਵਿੱਚ ਇਸ ਨੇ ਕਵਿਤਾ ਦੇ ਵਿੱਚ ਭਾਗ ਲਿਆ, ਜੋ ਕਿ ਇਹਨੇ ਸਾਰੇ ਰਾਉਂਡ ਪਾਸ ਕਰ ਲਏ ਆ। ਅਸੀਂ ਉਹਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਨੂੰ ਪਰਮਾਤਮਾ ਬਲ ਬਖਸ਼ੇ ਅਤੇ ਅਸੀਂ ਇਸ ਕਿਸਮੇ ਕਿਤਨਾ ਦਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਟੇਜ ਦੇ ਉੱਤੇ ਉਹਨਾਂ ਨੂੰ ਪਹੁੰਚਾਉਣ ਦਾ ਮੌਕਾ ਦਿੱਤਾ। ਅਸੀਂ ਕਿਸਮੇ ਕਿਤਨਾ ਦਮ ਦਾ ਵਰਨ ਬਾਂਸਲ ਜੀ ਦੇ ਡਾਇਰੈਕਟਰ ਜਿਹੜੇ ਨੇ ਇਹਨਾਂ ਦੇ, ਉਹਨਾਂ ਦਾ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੂੰ ਸਾਡੇ ਬੱਚੇ ਨੂੰ ਇਸ ਸਟੇਜ ਤੱਕ ਖੜ੍ਹਿਆ ਅਤੇ ਪਹੁੰਚਾਇਆ ਵਾ। ਅਤੇ ਅੱਗੇ ਤੋਂ ਵੀ ਸਤਿਗੁਰੂ ਪਾਤਸ਼ਾਹ ਜੀ ਇਹ ਕਿਰਪਾ ਕਰਨ ਕਿ ਪਿੰਡ ਦਾ ਅਤੇ ਮਾਂ ਪਿਓ ਦਾ ਅਤੇ ਸਕੂਲ ਦਾ ਮਾਣ ਵਧਾਵੇ ਬੱਚਾ ਅਤੇ ਹੋਰਨਾਂ ਬੱਚਿਆਂ ਨੂੰ ਵੀ ਅੱਗੇ ਤੋਂ ਅੱਗੇ ਵਧਣ ਦਾ ਮੌਕਾ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਗੱਲ 'ਤੇ, ਮੈਂ ਸਟੇਟ ਲੈਵਲ ਦੇ ਵਿੱਚੋਂ ਇੱਕ ਵਾਰ ਫਸਟ ਆਇਆ ਸਾਂ, ਉਹਦੇ ਨਾਲ ਮੈਂ ਜ਼ਿਆਦਾ ਫੇਮਸ ਹੋਇਆ ਸਾਂ। ਔਰ ਮੈਨੂੰ ਕ੍ਰਿਕਟ ਖੇਡਣ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਆ। ਮੈਂ ਪਹਿਲਾਂ ਕ੍ਰਿਕਟਰ ਹੀ ਬਣਨਾ ਚਾਹੁੰਦਾ ਹਾਂ, ਪਰ ਮੈਨੂੰ ਉਮੀਦ ਨਹੀਂ ਸੀ ਮੈਂ ਇੱਥੇ ਤੱਕ। ਮੈਂ ਰਜਵੰਤ ਕੌਰ, ਗੁਰਕੀਰਤ ਦੀ ਮੰਮਾ ਬੋਲ ਰਹੀ। ਮੈਂ ਮਤਲਬ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਹਾਂ ਜਿਨ੍ਹਾਂ ਦੀ ਮਤਲਬ ਸਿਰ 'ਤੇ ਹੱਥ ਹੈ ਅਤੇ ਆਪਾਂ ਅੱਜ ਸਾਰੇ ਇਕੱਠੇ ਹੋਏ ਹਾਂ। ਔਰ ਗੁਰਕੀਰਤ ਸਟਾਰਟਿੰਗ ਵਿੱਚ ਹੀ ਇਸੇ ਤਰ੍ਹਾਂ ਮਤਲਬ ਪੜ੍ਹਾਈ ਵਿੱਚ ਵੀ ਫਸਟ ਆ ਰਿਹਾ, ਬਹੁਤ ਵਧੀਆ ਬੱਚਾ, ਵਧੀਆ ਪੜ੍ਹ ਰਿਹਾ। ਬਾਕੀ ਕਿਤੇ ਵੀ ਇਹ ਪਾਰਟੀਸਪੇਟ ਕਰਦਾ ਤਾਂ ਫਸਟ ਹੀ ਆ ਰਿਹਾ। ਬਾਕੀ ਮੈਂ ਸਕੂਲ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ, ਕਿਉਂਕਿ ਉਹਨਾਂ ਦੇ ਮਤਲਬ ਬੱਚੇ ਨਾਲ ਬਹੁਤ ਉਹਨਾਂ ਨੇ ਮਿਹਨਤ ਕਰਵਾਉਂਦੇ ਆ ਕਿ ਬੱਚਾ ਫਸਟ ਆਉਂਦਾ, ਕਿਤੇ ਵੀ ਪਾਰਟੀਸਪੇਟ ਹੁੰਦਾ ਅਤੇ ਬੱਚੇ ਨੂੰ ਲੈ ਕੇ ਜਾਂਦੇ ਆ। ਮੈਂ ਕਿਸਮੇ ਕਿਤਨਾ ਹੈ ਦਮ ਵਾਲਿਆਂ ਦੇ ਬਹੁਤ ਬਹੁਤ ਧੰਨਵਾਦੀ ਹਾਂ, ਕਿਉਂਕਿ ਮੇਰਾ ਬੱਚਾ ਉੱਥੇ ਪੋਇਟਰੀ ਦਾ ਪਾਰਟੀਸਪੇਟ ਕਰਦਾ ਸੀ ਔਰ ਕਈ ਰਾਊਂਡ ਕਰ ਚੁੱਕਾ।
ਕਿ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ। ਇਸੇ ਮੈਂ ਮਤਲਬ ਕਹਿੰਦੀ ਹਾਂ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਉਹ ਜਿੱਤ ਕੇ ਆਵੇ। ਬਾਕੀ ਮੈਂ ਅਮਰ ਮਾਨ ਸਿੰਘ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡਾ ਬੱਚਾ ਅੱਗੇ ਤੱਕ ਲੈ ਕੇ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਨਿਸ਼ਾਨ ਸਿੰਘ ਪੱਟੀ ਤੋਂ, ਇਹ ਮੇਰੇ ਧਰਮ ਸੁਪਤਨੀ ਨੇ ਮਨਿੰਦਰ ਕੌਰ। ਮੈਂ ਕਾਕਾ ਗੁਰਕੀਰਤ ਸਿੰਘ ਜਿਹੜਾ ਕਿਸਮੇ ਕਿਤਨਾ ਹੈ ਦਮ ਦੇ ਕੰਪੀਟੀਸ਼ਨ ਦੇ ਵਿੱਚ ਕਵਿਤਾ ਦੇ ਵਿੱਚ ਰਾਊਂਡ ਪਾਰ ਕਰਦਾ ਹੋਇਆ ਅੱਜ ਫਾਈਨਲਿਸਟ ਤੱਕ ਪਹੁੰਚ ਗਿਆ ਹੈ। ਸੋ ਅਸੀਂ ਸ਼ੁਰੂ ਤੋਂ ਹੀ ਕਾਕਾ ਗੁਰਕੀਰਤ ਸਿੰਘ ਜਿਹੜਾ ਹੈ ਉਹ ਉਸ ਤਰ੍ਹਾਂ ਹੋਰ ਵੀ ਕਈ ਜਿਹੜੇ ਗੁਣ ਹੈਗੇ ਨੇ ਉਹਦੇ ਵਿੱਚ, ਬਹੁਤ ਸਾਰੇ ਗੁਣ ਨੇ, ਬਹੁਤ ਸਾਰੇ ਟੈਲੈਂਟ ਨੇ ਉਹਦੇ ਵਿੱਚ। ਕੀਰਤਨ ਕੰਪੀਟੀਸ਼ਨ ਅਤੇ ਕਵਿਤਾ ਕੰਪੀਟੀਸ਼ਨ, ਦਸਤਾਰ ਕੰਪੀਟੀਸ਼ਨ, ਲੈਕਚਰ, ਕਿਸੇ ਵੀ ਤਰ੍ਹਾਂ ਦਾ ਕੰਪੀਟੀਸ਼ਨ ਹੋਵੇ ਉਹਦੇ ਵਿੱਚ ਉਹ ਭਾਗ ਲੈਂਦਾ ਹੈ। ਜਿਹੜੀ ਇਹਦੇ ਇਹ ਜਿਹੜੀ ਇਹਨੂੰ ਸਿੱਖਿਆ ਹੈ ਇਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ, ਇਹਨਾਂ ਦੇ ਪਿਤਾ ਜੀ ਸਰਦਾਰ ਵਰਿਆਮ ਸਿੰਘ ਜੀ ਸ਼ੁਰੂ ਤੋਂ ਜੁੜੇ ਨੇ। ਉਹ ਆਪ ਨਾਲ ਜਾ ਕੇ ਜਿਹੜਾ ਬੱਚਿਆਂ ਦੀਆਂ ਕਲਾਸਾਂ ਲਗਾਉਂਦੇ ਨੇ, ਆਪ ਬੱਚਿਆਂ ਨੂੰ ਸਿੱਖਿਆ ਦਿੰਦੇ, ਅਤੇ ਨਾਲ ਨਾਲ ਉਹਨਾਂ ਨੇ ਆਪਣੇ ਤਿੰਨਾਂ ਹੀ ਬੱਚਿਆਂ ਨੂੰ ਜਿਹੜਾ ਇਹ ਚੀਜ਼ਾਂ ਪੜ੍ਹਾਈ ਦੇ ਨਾਲ ਨਾਲ ਜੋ ਗੁਰਮਤਿ ਦੀ ਸਿੱਖਿਆ ਹੈ ਉਹ ਸ਼ੁਰੂ ਤੋਂ ਹੀ ਦਿੱਤੀ, ਅਤੇ ਨਾਲ ਨਾਲ ਬੱਚਿਆਂ ਦੇ ਵਿੱਚ ਇਹ ਟੈਲੈਂਟ ਉੱਭਰਦੇ ਆਏ, ਪੜ੍ਹਾਈ ਦੇ ਨਾਲ ਨਾਲ ਉਹਨਾਂ ਦੇ ਵਿੱਚ ਹੋਰ ਵੀ ਟੈਲੈਂਟ ਉੱਭਰਦੇ ਆਏ। ਸੋ ਇਹ ਕਰਦੇ ਕਰਦੇ ਕਵਿਤਾਵਾਂ ਆਪ ਲਿਖਣ ਲੱਗ ਪਿਆ, ਲੈਕਚਰ ਆਪ ਲਿਖਣ ਲੱਗ ਪਿਆ। ਹੁਣ ਕਿਤੇ ਵੀ ਕੰਪੀਟੀਸ਼ਨ 'ਤੇ ਜਾਂਦਾ ਹੈ ਆਪਣੀ ਕਵਿਤਾ ਆਪ ਲਿਖ ਕੇ ਬੋਲਦਾ ਹੈ, ਲੈਕਚਰ ਕਿਤੇ ਕੰਪੀਟੀਸ਼ਨ 'ਤੇ ਜਾਂਦਾ ਹੈ ਲੈਕਚਰ ਆਪ ਲਿਖਦਾ ਹੈ। ਸੋ ਇਹ ਸਿੱਖਿਆ ਇਹਨੂੰ ਅਸੀਂ ਤਾਂ ਤੋਰਨ ਵਾਲੇ ਸੀ ਨਾਲ ਨਾਲ, ਕਿਉਂਕਿ ਸਟੱਡੀ ਸਰਕਲ ਦੇ ਜੋ ਸਿਲੇਬਸ ਹੈ ਬੱਚਿਆਂ ਨੂੰ ਅਸੀਂ ਜਾ ਕੇ ਦੱਸਦੇ ਹਾਂ। ਇਸ ਜਿਵੇਂ ਇਹ ਕਲਾਸਾਂ ਲਗਾਉਂਦਾ ਹੈ ਹੋਰ ਵੀ ਬਹੁਤ ਸਾਰੇ ਬੱਚੇ ਇਹਦੇ ਜਿਹੜੇ ਨਾਲ ਫਰੈਂਡਸ ਨੇ ਸਰਕਲ ਦੇ ਉਹ ਵੀ ਕਲਾਸਾਂ ਲਗਾਉਂਦੇ ਹੋਣਗੇ, ਪਰ ਇਸ ਬੱਚੇ ਨੇ ਜਿਹੜਾ ਇਹ ਉਹ ਟੈਲੈਂਟ ਉੱਭਰ ਕੇ ਸਾਹਮਣੇ ਲਿਆਂਦਾ, ਅਤੇ ਜੋ ਅੱਜ ਇਹ ਬੱਚਾ ਇੱਥੋਂ ਤੱਕ ਪਹੁੰਚ ਚੁੱਕਾ ਹੈ। ਅਸੀਂ ਕਿਸਮੇ ਕਿਤਨਾ ਹੈ ਦਮ ਵਾਲਿਆਂ ਦਾ, ਸ਼ੋਅ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਸ ਨੇ ਇਸ ਬੱਚੇ ਨੂੰ ਪਲੇਟਫਾਰਮ ਦਿੱਤਾ ਇਹ ਆਪਣਾ ਟੈਲੈਂਟ ਦਿਖਾਉਣ ਦਾ। ਆਸ ਕਰਦੇ ਹਾਂ ਕਿ ਇਹ ਜੋ ਇਹ ਹੈ ਜਿੱਤ ਕੇ ਆਵੇ, ਅਤੇ ਸਾਡਾ ਇਹ ਇਲਾਕਾ ਹੈ ਸਾਰੇ ਇਲਾਕੇ ਨੂੰ ਇਹ ਮਾਣ ਮਹਿਸੂਸ ਹੋਵੇਗਾ। ਕਿਸਮੇ ਕਿਤਨਾ ਹੈ ਦਮ ਦੇ ਪ੍ਰੋਡਿਊਸਰ ਡਾਇਰੈਕਟਰ ਜਿਹੜੇ ਨੇ ਸ਼੍ਰੀ ਵਰੁਣ ਬਾਂਸਲ ਜੀ, ਉਹਨਾਂ ਦਾ ਬਹੁਤ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਇਸ ਬੱਚੇ ਨੂੰ ਇਸ ਰਾਊਂਡ ਤੱਕ, ਇਸ ਕੰਪੀਟੀਸ਼ਨ ਦੇ ਵਿੱਚ ਇੱਥੋਂ ਤੱਕ ਜਾਣ ਦਾ ਮੌਕਾ ਦਿੱਤਾ। ਬਾਕੀ ਬੱਚਿਆਂ ਨੂੰ ਵੀ ਇਹ ਮੌਕੇ ਮਿਲਣੇ ਚਾਹੀਦੇ ਹਨ ਆਪਣਾ ਟੈਲੈਂਟ ਦਿਖਾਉਣ ਦੇ। ਆਸ ਕਰਦੇ ਹਾਂ ਕਿ ਜੋ ਇਹ ਸਾਡਾ ਬੱਚਾ ਗੁਰਕੀਰਤ ਸਿੰਘ ਹੈ, ਸਾਡਾ ਵਿਦਿਆਰਥੀ, ਇਹ ਕੰਪੀਟੀਸ਼ਨ ਜਿੱਤ ਕੇ ਘਰ ਵਿੱਚ ਵਾਪਸ ਆਵੇ ਅਤੇ ਸਾਰੇ ਇਲਾਕੇ ਨੂੰ ਮਾਣ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਵਤਾਰ ਸਿੰਘ, ਪਿੰਡ ਜੌੜਾ, ਤਹਿਸੀਲ ਜ਼ਿਲ੍ਹਾ ਤਰਨ ਤਾਰਨ। ਮੈਂ ਜੀ ਗੁਰਕੀਰਤ ਸਿੰਘ ਦਾ ਮਾਮਾ ਜੀ। ਮਤਲਬ ਗੁਰਕੀਰਤ ਦੀ ਸ਼ੁਰੂ ਤੋਂ ਹੀ, ਬਚਪਨ ਤੋਂ ਹੀ ਇਹ ਲਗਨ ਸੀ ਕਿ ਮੈਂ ਕੁਛ ਨਾ ਕੁਛ ਬਣਾ। ਪਹਿਲਾਂ ਇਹ ਪੜ੍ਹਾਈ 'ਚ ਵੀ ਹਰ ਕਲਾਸ ਦੇ ਵਿੱਚ ਪਹਿਲੇ ਨੰਬਰ 'ਤੇ ਆਉਂਦਾ ਰਿਹਾ। ਫਿਰ ਸਕੂਲ ਮੈਨੇਜਮੈਂਟ ਨੇ ਇਹਦੀ ਕਲਾ ਵੇਖੀ, ਫਿਰ ਇਹਦੇ ਮੁਕਾਬਲੇ ਕਰਾਉਣੇ ਚਾਲੂ ਕੀਤੇ, ਅਤੇ ਫਿਰ ਜਿਹੜਾ ਵੀ ਮੁਕਾਬਲਾ ਕੀਤਾ ਜੇ ਤੱਕ ਇਹ ਕਾਮਯਾਬ ਹੀ ਹੁੰਦਾ ਆਇਆ। ਫਿਰ ਬਾਅਦ ਵਿੱਚ ਜਦੋਂ ਇਹਨੇ ਆ ਕਿਸਮੇ ਕਿਤਨਾ ਹੈ ਦਮ ਇਹਦੇ ਵਿੱਚ ਭਾਗ ਲਿਆ, ਅਤੇ ਬਹੁਤ ਹੀ ਮਿਹਨਤ ਨੇ। ਇੱਕ ਗੱਲ ਮੈਂ ਜ਼ਰੂਰੀ ਦੱਸਣਾ ਚਾਹੁੰਦਾ ਕਿ ਜਦੋਂ ਵੀ ਇਹਨੇ ਆ ਕਿਸਮੇ ਕਿਤਨਾ ਹੈ ਦਮ ਚਾਲੂ ਕੀਤਾ, ਕਿੱਡਾ ਵੀ ਵੱਡਾ ਕਿਉਂ ਨਾ ਪ੍ਰੋਗਰਾਮ ਹੋਵੇ, ਇਹਨੇ ਉਹ ਪ੍ਰੋਗਰਾਮ ਮਿਸ ਕੀਤਾ। ਇਹਨੇ ਆਪਣਾ ਜਿਹੜਾ ਸ਼ੋਅ ਆ ਇਹ ਜਾਰੀ ਰੱਖਿਆ, ਅਤੇ ਜਿਹੜਾ ਹੁਣ ਅੱਜ ਕਵਿਤਾ ਮੁਕਾਬਲੇ 'ਚ ਆ ਇਹ ਬਹੁਤ ਹੀ ਵਧੀਆ ਮੁਕਾਬਲਾ ਕਰਕੇ ਅਤੇ ਆ ਰਾਊਂਡ ਦੇ ਵਿੱਚ ਪਹੁੰਚਿਆ। ਅਸੀਂ ਧੰਨਵਾਦੀ ਹਾਂ ਜੀ ਵਰਨ ਬਾਂਸਲ ਸਾਹਿਬ ਹੋਣਾਂ ਦੇ, ਜਿਹੜੇ ਡਾਇਰੈਕਟਰ ਨੇ ਜੀ ਇਸ ਸ਼ੋਅ ਦੇ, ਜਿਨ੍ਹਾਂ ਨੇ ਸਾਡੇ ਬੱਚੇ ਦੀ ਕਲਾ ਨੂੰ ਪਛਾਣਿਆ ਅਤੇ ਇੱਥੋਂ ਤੱਕ ਲੈ ਕੇ ਆਏ। ਅਸੀਂ ਅੱਗੇ ਵੀ ਆਸ ਕਰਦੇ ਹਾਂ ਵੀ ਜਿਹੜਾ ਵੀ ਇਹ ਸ਼ੋਅ ਕਰੇ ਇਹ ਟੀ ਵੀ ਚੈਨਲਾਂ ਦਾ ਸ਼ਿੰਗਾਰ ਬਣੇ। ਸਾਨੂੰ ਮਾਣ ਆ ਬੱਚੇ 'ਤੇ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਲਕੀਤ ਸਿੰਘ, ਪਿੰਡ ਜੌੜਾ, ਜ਼ਿਲ੍ਹਾ ਤਰਨ ਤਾਰਨ, ਗੁਰਕੀਰਤ ਸਿੰਘ ਦਾ ਮਾਮਾ। ਇਹ ਜਦੋਂ ਤੋਂ ਵੀ ਇਸ ਆਡੀਸ਼ਨ ਦੇ ਵਿੱਚ ਭਾਗ ਲੈ ਰਿਹਾ, ਜਦੋਂ ਸਾਡੇ ਕੋਲ ਵੀ ਜਾਂਦਾ ਸੀ ਇਹ ਕਵਿਤਾ ਗੁਣ ਗਣਾਉਂਦਾ ਰਹਿੰਦਾ ਸੀ, ਹਰ ਵੇਲੇ ਆਪਣੀ ਪ੍ਰੈਕਟਿਸ ਕਰਦਾ ਰਹਿੰਦਾ ਸੀ। ਸਾਨੂੰ ਬਹੁਤ ਖੁਸ਼ੀ ਹੋਈ ਆ ਇਸ ਆਡੀਸ਼ਨ ਦੇ ਵਿੱਚ ਇਹਦੀ ਚੋਣ ਹੋਈ ਆ। ਅਸੀਂ ਅੱਗੇ ਤੋਂ ਵੀ ਅਰਦਾਸ ਕਰਦੇ ਹਾਂ ਕਿ ਜਿੱਥੇ ਜਾਵੇ ਚੜ੍ਹਦੀ ਕਲਾ ਇਹਦੀ ਮਹਾਰਾਜ ਕਰੇ ਅਤੇ ਇਸ ਤਰ੍ਹਾਂ ਜਿੱਤ ਕੇ ਆਉਂਦਾ ਰਹੇ। ਕੇ ਕੇ ਐੱਚ ਡੀ ਵਾਲਿਆਂ ਦੀ ਐਡਵਰਟਾਈਜ਼ਮੈਂਟ ਆਈ ਸੀ ਸਾਡੇ ਸਕੂਲ ਦੇ ਵਿੱਚ, ਕੇ ਕੇ ਐੱਚ ਡੀ ਵਾਲੇ ਆਏ ਸੀ। ਉਹਨਾਂ ਨੇ ਕਿਹਾ ਸੀ ਵੀ ਜੋ ਵੀ ਤੁਹਾਡੇ ਬੱਚਿਆਂ 'ਚ ਟੈਲੈਂਟ ਹੈ ਵਾ ਉਹ ਦਿਖਾ ਸਕਦਾ ਵਾ। ਪਰ ਮੈਂ ਜਦੋਂ ਘਰ ਆਇਆ ਸਾਂ ਅਤੇ ਮੈਂ ਜਦੋਂ ਆਪਣੇ ਮੰਮਾ ਤੋਂ ਪੁੱਛਿਆ ਸੀ, ਪਰ ਉਹ ਆਉਂਦੇ ਸੀ ਫੀਸ ਫੀਸ ਫੀਸ, ਇਹ ਫੀਸ ਕਰਨ ਦਾ ਸੀ। ਪਰ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ, ਪਰ ਫਿਰ ਵੀ ਮੈਂ ਆਪਣੇ ਮੰਮਾ ਪਾਪਾ ਨੂੰ ਮਨਾ ਲਿਆ। ਪਰ ਉਹ ਮੈਂ
ਬਹੁਤ ਧੰਨਵਾਦ ਕਰਦਾ ਵਾਂ ਮੰਮਾ ਪਾਪਾ ਦਾ ਵੀ ਜੋ ਫੀਸ ਤਾਰ ਕੇ ਵੀ ਇੱਥੋਂ ਤੱਕ ਮੈਨੂੰ ਲੈ ਆਉਂਦਾ ਵਾ ਔਰ ਮੈਂ ਆਪਣੇ ਮੈਮ ਦਾ ਵੀ ਬਹੁਤ ਧੰਨਵਾਦ ਕਰਦਾ ਮੈਡਮ ਗੁਰਮੀਤ ਕੌਰ ਉਹਨਾਂ ਨੇ ਆਖਿਆ ਸੀ ਵੀ ਤੂੰ KKHD ਦੇ ਵਿੱਚ ਜਾ ਅਤੇ ਤੂੰ ਗ੍ਰੈਂਡ ਫਿਨਾਲੇ ਜਿੱਤ ਕੇ ਆਵਾਂਗਾ ਉਹਨਾਂ ਦਾ ਆਸ਼ੀਰਵਾਦ ਮੇਰੇ ਨਾਲ ਆ ਅਤੇ ਮੈਂ KKHD ਦਾ ਗ੍ਰੈਂਡ ਫਿਨਾਲੇ ਵੀ ਜ਼ਰੂਰ ਜਿੱਤੂੰਗਾ ਆਪਣੇ ਇਲਾਕੇ ਦਾ ਆਪਣੇ ਮਾਤਾ ਪਿਤਾ ਦਾ ਔਰ ਆਪਣੇ ਸਕੂਲ ਦਾ ਨਾਮ ਰੋਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਰਬਾਰਾ ਸਿੰਘ ਪੱਟੀ ਤੋਂ ਮੈਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਮੁੱਖ ਸੇਵਾਦਾਰ ਹਾਂ ਅਤੇ ਨਾਲ ਦੀ ਨਾਲ ਮੈਂ ਲਗਭਗ ਇੱਕ ਸਾਲ ਤੋਂ ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਤੌਰ ਮੈਨੇਜਮੈਂਟ ਮੈਂਬਰ ਕੰਮ ਕਰ ਰਿਹਾ ਹਾਂ ਅਸੀਂ ਨੈਤਿਕ ਸਿੱਖਿਆ ਦੀ ਪ੍ਰੀਖਿਆ ਸਟੱਡੀ ਸਰਕਲ ਵੱਲੋਂ ਲੈਂਦੇ ਹਾਂ ਸਾਰੇ ਸਕੂਲਾਂ 'ਚ ਜਾਂਦੇ ਰਹਿੰਦੇ ਹਾਂ ਅਤੇ 2-3 ਸਾਲ ਤੋਂ ਮੈਂ ਪਿਛਲਿਆਂ ਤੋਂ ਦੇਖ ਰਿਹਾ ਵੀ ਇਹ ਬੱਚਾ ਬੜਾ ਹੋਣਹਾਰ ਆ ਗੁਰਕੀਰਤ ਸਿੰਘ ਸਟੱਡੀ ਸਰਕਲ ਦੇ ਨੈਤਿਕ ਸਿੱਖਿਆ ਦੀ ਪ੍ਰੀਖਿਆ ਵਿੱਚ ਇਹਨੇ ਕੈਸ਼ ਪ੍ਰਾਈਜ਼ ਵੀ ਜਿੱਤੇ ਨੇ ਅਤੇ ਜਦੋਂ ਸਟੱਡੀ ਸਰਕਲ ਵੱਲੋਂ ਕੋਈ ਯੁਵਕ ਮੇਲੇ ਕਰਵਾਏ ਜਾਂਦੇ ਆ ਉਹਦੇ ਵਿੱਚ ਹਰ ਈਵੈਂਟ ਦੇ ਵਿੱਚ ਭਾਗ ਲੈਂਦਾ ਭਾਸ਼ਣ ਮੁਕਾਬਲਾ ਵੀ ਕਵਿਤਾ ਮੁਕਾਬਲਾ ਵਿੱਚ ਵੀ ਭਾਗ ਲੈਂਦਾ ਹੈ ਪਰ ਇਹਦੇ ਵਿੱਚ ਇੱਕ ਵੱਖਰਾ ਗੁਣ ਆ ਕਵਿਤਾ ਤਾਂ ਸਾਰੇ ਬੋਲ ਲੈਂਦੇ ਆ ਪਰ ਇਹ ਐਕਸ਼ਨ ਨਾਲ ਕਵਿਤਾ ਬੋਲਦਾ ਹੈ ਜਿਹੜਾ ਕਿ ਦੂਜਿਆਂ ਨੂੰ ਬਹੁਤ ਸਰੋਤਿਆਂ ਨੂੰ ਬਹੁਤ ਪ੍ਰਭਾਵਿਤ ਕਰਦਾ ਉਸ ਗੁਣ ਦੇ ਸਦਕਾ ਹੀ ਇਸ ਨੇ ਜਦੋਂ ਪਤਾ ਲੱਗਾ ਕਿ ਕਿਸਮੇ ਕਿਤਨਾ ਹੈ ਦਮ TV ਸ਼ੋਅ ਵਾਲੇ ਪ੍ਰੋਗਰਾਮ ਜਿਹੜਾ ਉਹਦੇ ਵਿੱਚ ਇਹਨੇ ਭਾਗ ਲਿਆ ਲਗਭਗ ਅੱਜ ਤੋਂ 1 ਸਾਲ ਪਹਿਲਾਂ ਅਤੇ ਉੱਥੇ TV ਵਾਲਿਆਂ ਦੀ ਇਹ ਨਜ਼ਰ ਵਿੱਚ ਚੜਿਆ ਅਤੇ ਉਸ ਤੋਂ ਅੱਗੇ ਚੱਲਦਾ ਚੱਲਦਾ ਕਈ ਰਾਊਂਡ ਪਾਰ ਕਰਦਾ ਹੋਇਆ ਇਹ ਅੱਗੇ ਵਧਿਆ ਅਤੇ ਅਸੀਂ ਆਸ ਕਰਦੇ ਹਾਂ ਕਿ ਇਹ ਬੱਚਾ ਹੁਣ ਹਰ ਬੱਚਾ ਜੋ ਇਹਦਾ ਕਵਿਤਾ ਦਾ ਟੇਲੈਂਟ ਆ ਐਕਸ਼ਨ ਕਵਿਤਾ ਬੋਲਣ ਦਾ ਉਹਦੇ ਵਿੱਚ ਮਾਲਕ ਦੀ ਮਦਦ ਕਰੇ ਅਤੇ ਇਹ ਬਹੁਤ ਅੱਗੇ ਜਾਵੇ ਅਤੇ ਆਪਣੇ ਇਲਾਕੇ ਆਪਣੇ ਪਿੰਡ ਆਪਣੇ ਭਾਈਚਾਰੇ ਦਾ ਮਾਣ ਵਧਾਵੇ ਸੋ ਇਸ ਤੋਂ ਸਾਨੂੰ ਆਸਾਂ ਨੇ ਸ਼੍ਰੀ ਵਰਨ ਬਾਂਸਲ ਜੀ ਦਾ ਜਿਹੜੇ ਕਿ ਇਹਨਾਂ ਦੇ ਡਾਇਰੈਕਟਰ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਬੱਚੇ ਦੀ ਟੇਲੈਂਟ ਦੀ ਪਰਖ ਕੀਤੀ ਅਤੇ ਇਹਨੂੰ ਇਸ ਮੁਕਾਮ 'ਤੇ ਪਹੁੰਚਾਇਆ ਅਤੇ ਹੋਰ ਵੀ ਉਹਨਾਂ ਤੋਂ ਆਸ ਰੱਖਦੇ ਹਾਂ ਕਿ ਇਹਨੂੰ ਬੁਲੰਦੀਆਂ ਤੱਕ ਲੈ ਕੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਭੇਜ ਸਿੰਘ ਪੰਜਾਬ ਪੁਲਿਸ ਗੁਰਕੀਰਤ ਸਿੰਘ ਦਾ ਮਾਸੜ ਜੀ ਹਾਂ ਡਿਸਟ੍ਰਿਕਟ ਤਰਨ ਤਾਰਨ ਮੇਰਾ ਪਿੰਡ ਆ ਜੀ ਚਬਾਲ ਅਸੀਂ ਗੁਰਕੀਰਤ ਸਿੰਘ ਨੂੰ ਸ਼ੁਰੂ ਤੋਂ ਜਾਣਦੇ ਹਾਂ ਇਹਦਾ ਹਮੇਸ਼ਾ ਜਿਹੜਾ ਧਿਆਨ ਆ ਉਹ ਕਵਿਤਾ ਵਿੱਚ ਰਿਹਾ ਵਾ ਕੋਈ ਵਿਆਹ ਵਿੱਚ ਪ੍ਰੋਗਰਾਮ ਹੁੰਦਾ ਸੀਗਾ ਅਸੀਂ ਦੋਵੇਂ ਜਣੇ ਗਾਉਂਦੇ ਹੁੰਦੇ ਸੀਗੇ ਇੱਕ ਇਹ ਲੜਕੀ ਦੀ ਆਵਾਜ਼ ਕਰਦਾ ਹੁੰਦਾ ਸੀ ਮੈਂ ਨਾਲ ਗਾਉਂਦਾ ਸੀ ਇਹਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਇਹਨੂੰ ਕ੍ਰਿਕਟ ਖੇਡਣ ਦਾ ਬਹੁਤ ਸ਼ੌਂਕ ਆ ਭੰਗੜੇ ਦਾ ਵੀ ਬਹੁਤ ਸ਼ੌਂਕ ਆ ਜੀ ਇਹਨੂੰ ਸਭ ਤੋਂ ਵੱਡੀ ਗੱਲ ਤਾਂ ਵੀ ਟਾਈਮ ਦਾ ਬਹੁਤ ਪਾਬੰਦ ਆ ਇਹ ਸਵੇਰੇ ਟਾਈਮ ਨਾਲ ਸਕੂਲ ਜਾਣਾ ਸ਼੍ਰੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਜਾਂਦਾ ਜੀ ਇਹ ਜਿੱਥੇ ਜਿਹੜੇ ਰਾਊਂਡ ਦੇ ਵਿੱਚ ਗਿਆ ਜਿਹੜੇ ਵੀ ਪ੍ਰੋਗਰਾਮ 'ਤੇ ਗਿਆ ਵਾ ਇਹ ਉੱਥੋਂ ਫਸਟ ਹੀ ਆਉਂਦਾ ਰਿਹਾ ਵਾ ਅਤੇ ਸਭ ਤੋਂ ਵੱਡੇ ਸ਼ੋਰ ਕਰਦੇ ਇਹਨਾਂ ਦੇ ਜਿਹੜੀ ਕਿਸਮ ਦਾ ਦਮ ਹੈ ਸ਼੍ਰੀ ਵਰੁਣ ਬਾਂਸਲ ਜੀ ਜੇ ਡਾਇਰੈਕਟਰ ਆ ਇਹਨਾਂ ਦੇ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਇਸ ਪਾਸੇ ਲਾਇਆ ਵਾ ਪ੍ਰੋਗਰਾਮ ਵੇਖਿਆ ਵਾ ਸਭ ਤੋਂ ਜ਼ਿਆਦਾ ਗੱਲ ਇਹ ਟੀਮ ਇੰਨੀ ਦੂਰ ਤੋਂ ਆ ਕੇ ਸਾਡੀ ਇੰਟਰਵਿਊ ਵਾਸਤੇ ਲੈਣ ਵਾਸਤੇ ਇੱਥੇ ਆਇਆ ਬਹੁਤ ਧੰਨਵਾਦ ਜੀ ਮੈਂ ਕਮਲਜੀਤ ਕੌਰ ਗੁਰਕੀਰਤ ਦੇ ਵਾਸੀ ਔਰ ਮੈਂ ਮਤਲਬ ਇਹ ਬੱਚਾ ਬਹੁਤ ਹੋਣਹਾਰ ਇੰਟੈਲੀਜੈਂਟ ਬੱਚਾ ਇਹਦੇ ਮਤਲਬ ਇੱਥੋਂ ਤੱਕ ਪਹੁੰਚਿਆ ਇਹ ਸਾਡੇ ਕੋਲ ਵੀ ਆਉਂਦਾ ਹੁੰਦਾ ਸੀ ਮਤਲਬ ਆਪਣਾ ਟਾਈਮ ਪੇਪਰ ਨਹੀਂ ਸੀ ਮਿਸ ਕਰਦਾ ਕਦੀ ਪੇਪਰਾਂ ਦੇ ਵਿੱਚ ਕਦੀ ਇਹ ਕਿਤੇ ਨਹੀਂ ਜਾਂਦਾ ਕਹਿੰਦਾ ਸੀ ਮੈਂ ਨਹੀਂ ਜਾਣਾ ਪੜ੍ਹਨਾ ਮੈਂ ਅਤੇ ਬੜਾ ਹੀ ਇੰਟੈਲੀਜੈਂਟ ਬੱਚਾ ਪਰਮਾਤਮਾ ਕਰੇ ਇਹਨੂੰ ਉੱਚਾਈ ਤੱਕ ਪਹੁੰਚਾਵੇ ਅਤੇ ਹੋਰ ਮੈਂ KKHD ਵਾਲਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਹੜਾ ਇੱਥੋਂ ਤੱਕ ਇਹਨੂੰ ਬੱਚੇ ਨੂੰ ਪਹੁੰਚਾਇਆ ਉਹਨਾਂ ਨੇ ਅੱਗੇ ਵੀ ਪਰਮਾਤਮਾ ਕਰੇ ਇਹ ਉੱਚਾਈ ਤੱਕ ਜਾਵੇ ਧੰਨਵਾਦ ਮੈਂ ਸੁਖਦੇਵ ਸਿੰਘ ਕਦਗਿੱਲ ਤਰਨ ਤਾਰਨ ਜੋ ਕਿ ਗੁਰਕੀਰਤ ਦਾ ਮਾਸੜ ਹਾਂ ਮੈਂ ਗੁਰਕੀਰਤ ਨੂੰ ਛੋਟੇ ਹੁੰਦੇ ਤੋਂ ਦੇਖਦਾ ਰਿਹਾ ਬਹੁਤ ਹੀ ਕ੍ਰਿਕਟ ਦਾ ਸ਼ੌਂਕ ਇਹਨੂੰ ਪੜ੍ਹਾਈ ਵਿੱਚ ਵੀ ਬਹੁਤ ਪਹਿਲਾ ਨੰਬਰ ਪ੍ਰਾਪਤ ਕੀਤਾ ਇਹਨੇ ਜੋ ਵੀ ਸੱਭਿਆਚਾਰਕ ਪ੍ਰੋਗਰਾਮ ਜਾਂ ਦੂਜਾ ਆਪਣਾ ਇਤਿਹਾਸਿਕ ਪ੍ਰੋਗਰਾਮ ਉਹਦੇ ਵਿੱਚ ਇਸਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣਾ ਪਹਿਲਾ ਨੰਬਰ ਪ੍ਰਾਪਤ ਕੀਤਾ ਹੁਣ ਜੋ ਕਵਿਤਾ ਦੇ ਵਿੱਚ ਇਸਨੇ 1-2 ਰਾਊਂਡ ਪਾਰ ਕੀਤੇ ਆ ਜੋ ਵੀ ਇਹਦੇ 1-2 ਰਾਊਂਡ ਬਾਕੀ ਆ ਅਸੀਂ ਦੁਆ ਕਰਦੇ ਹਾਂ ਕਿ ਵੱਧ ਚੜ੍ਹ ਕੇ ਹਿੱਸਾ ਲਵੇ ਅਤੇ ਆਪਣਾ ਪਹਿਲਾ ਨੰਬਰ ਪ੍ਰਾਪਤ ਕਰੇ ਕੱਲ੍ਹ ਮੈਂ ਗੁਰਕੀਰਤ ਮਾਸੀ ਜੀ ਤਰਨ ਤਾਰਨ ਤੋਂ ਇਹ ਗੁਰਕੀਰਤ ਬਹੁਤ ਵਧੀਆ ਬੱਚਾ ਵਾ ਪਰ ਸ਼ਰਾਰਤਾਂ ਬਹੁਤ ਕਰਦਾ ਜੀ ਉਹ ਸਾਡੇ ਕੋਲ ਜਾਂਦਾ ਸਾਡੇ ਬੱਚੇ ਨਾਲ ਬਹੁਤ ਲੜਦਾ ਬਹੁਤ ਸ਼ਰਾਰਤਾਂ ਕਰਦਾ ਪਤੰਗਾਂ ਉਡਾਉਂਦੇ ਆ ਬਹੁਤ ਲੜਦੇ ਆ ਇੱਕ ਦੂਜੇ ਨਾਲ ਅਤੇ ਪਰ ਪੜ੍ਹਾਈ 'ਚ ਬਹੁਤ ਵਧੀਆ ਵਾ ਇਹ ਬੱਚਾ ਹਰ ਸਾਲ ਫਸਟ ਆਉਂਦਾ ਵਾ ਜੀ ਧੰਨਵਾਦ ਹਾਂ
ਕਿਸਮੇ ਕਿਤਮਾ ਕਿਤਨਾ ਦਮ ਵਾਲਿਆਂ ਦਾ ਜਿਨ੍ਹਾਂ ਨੇ ਇਹਨੂੰ ਇੱਥੋਂ ਤੱਕ ਆਉਣ ਦਾ ਮੌਕਾ ਦਿੱਤਾ। ਸਤਿ ਸ਼੍ਰੀ ਅਕਾਲ, ਮੈਂ ਗੁਰਕੀਰਤ ਦੀ ਵੱਡੀ ਸਿਸਟਰ, ਇਹ ਛੋਟੀ ਅਤੇ ਇਹ ਕਜ਼ਨ ਸਿਸਟਰ ਹੈ। ਅਤੇ ਗੁਰਕੀਰਤ ਬਹੁਤ ਹੀ ਨਾਈਸ ਬੱਚਾ ਆ, ਬਹੁਤ ਹੀ ਇੰਟੈਲੀਜੈਂਟ ਬੱਚਾ ਆ। ਮਤਲਬ ਸਾਡੇ ਘਰ ਗੁਰਮਤਿ ਪ੍ਰਕਾਸ਼ ਹੈ, ਇਹਨੂੰ ਸ਼ੁਰੂ ਤੋਂ ਹੀ ਮਤਲਬ ਕਵਿਤਾਵਾਂ ਦਾ ਬਹੁਤ ਸ਼ੌਂਕ ਸੀਗਾ। ਇਹਨੇ ਜਦੋਂ ਤੋਂ ਪੰਜਾਬੀ ਪੜ੍ਹਨੀ ਸਿੱਖੀ ਆ ਨਾ, ਇਹਦੇ ਮਤਲਬ ਉਦੋਂ ਤੋਂ ਹੀ ਇਹ ਕਵਿਤਾ ਦਾ ਮਤਲਬ ਬਹੁਤ ਤਿਆਰੀ ਕਰਦਾ ਆ। ਇਹ ਸਾਡੇ ਘਰ ਗੁਰਮਤਿ ਪ੍ਰਕਾਸ਼, ਸਾਡਾ ਵਿਰਸਾ, ਇਹ ਬਹੁਤ ਸਾਰੀਆਂ ਬੁੱਕਸ ਆਉਂਦੀਆਂ ਆ। ਇਹ ਉਹਨਾਂ ਵਿੱਚੋਂ ਲਾਸਟ 'ਤੇ ਕਵਿਤਾਵਾਂ ਲਿਖੀਆਂ ਹੁੰਦੀਆਂ, ਉਹਨਾਂ ਵਿੱਚੋਂ ਕਵਿਤਾ ਪੜ੍ਹ ਕੇ ਫਿਰ ਉਹ ਸਾਰਾ ਦਿਨ ਗੁਣਗੁਣਾਉਂਦਾ ਹੀ ਰਹਿੰਦਾ ਆ। ਅਤੇ ਮਤਲਬ ਇਹ ਸ਼ੁਰੂ ਤੋਂ ਹੀ ਮਤਲਬ ਸ਼ਰਾਰਤੀ ਵੀ ਥੋੜ੍ਹਾ ਜਿਹਾ ਰਿਹਾ ਆ ਅਤੇ ਲੜਦਾ ਵੀ ਆ, ਅਤੇ ਮਤਲਬ ਸਾਡੇ ਸਾਰਿਆਂ 'ਚ ਪ੍ਰੇਮ ਵੀ ਬਹੁਤ ਕਰਦਾ ਆ। ਇਹ ਸਾਰਿਆਂ ਨੂੰ ਮਤਲਬ ਸਮਝਦਾਰ ਬੱਚਾ, ਇੰਟੈਲੀਜੈਂਟ ਬੱਚਾ ਆ। ਅਤੇ ਮੈਂ ਇਹ ਚਾਹੁੰਦੀ ਹਾਂ ਕਿ ਇਹ ਬੱਚਾ ਜਿਹੜਾ ਨਾ ਇਸੇ ਤਰ੍ਹਾਂ ਹੀ ਅੱਗੇ ਵੱਧਦਾ ਰਹੇ। ਅਤੇ KKHD ਵਾਲਿਆਂ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਇਹਨੂੰ ਇੱਥੋਂ ਤੱਕ ਪਹੁੰਚਾਇਆ। ਅਤੇ KKHD ਵਾਲਿਆਂ ਦਾ ਮੈਂ ਇਹ ਵੀ ਧੰਨਵਾਦ ਕਰਦੀ ਹਾਂ ਕਿ ਵੱਖਰੇ ਵੱਖਰੇ ਫੀਲਡ ਦੇ ਵਿੱਚ ਜਿਹੜੇ ਬੱਚਿਆਂ ਨੂੰ ਉਹ ਮੌਕਾ ਦਿੰਦੇ ਆ। KKHD ਵਿੱਚ ਪੋਇਟਰੀ ਵਿੱਚ ਇਹ ਪਾਰਟੀਸਪੇਟ ਕਰਦਾ ਆ, ਅਤੇ ਮੈਂ ਇਹ ਕਹਿੰਦੀ ਹਾਂ ਕਿ ਇਹ ਅੱਗੇ ਵੀ ਜਿਹੜਾ ਨਾ ਕਈ ਰਾਊਂਡ 'ਤੇ ਇਹ ਪਾਰ ਕਰ ਚੁੱਕਾ ਕਵਿਤਾਵਾਂ ਦੇ, ਅਤੇ ਕਈ ਰਾਊਂਡ ਜਿਹੜੇ ਰਹਿ ਗਏ ਆ ਰਾਊਂਡ, ਇਹ ਜਿਹੜਾ ਫਾਈਨਲ ਆ ਉਹ ਜਿੱਤ ਕੇ ਆਵੇ ਅਤੇ ਸਾਡੇ ਇਲਾਕੇ ਦਾ ਸਾਡਾ ਨਾਮ ਜਿਹੜਾ ਉਹ ਰੋਸ਼ਨ ਕਰੇ ਅਤੇ ਇਹ ਮਹਾਰਾਜੇ ਨੂੰ ਕਾਮਯਾਬ ਇਨਸਾਨ ਬਣਾਵੇ। ਮੈਂ ਹੁਣ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ, ਜਿਸ ਦਾ ਵਿਸ਼ਾ ਹੈ ਨਸ਼ੇ ਛੱਡ ਕੇ ਸਰਦਾਰ ਬਣੋ। ਇਹ ਕਵਿਤਾ ਮੇਰੀ ਸਿਸਟਰ ਰਜਨੀਤ ਕੌਰ ਦੀ ਲਿਖੀ ਹੋਈ ਹੈ। ਮੈਂ ਆਪਣੀ ਕਵਿਤਾਵਾਂ ਦੀਆਂ ਦੋ ਲਾਈਨਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਇਹ ਕੀ ਹਾਲ ਹੋ ਗਿਆ ਦੁਨੀਆ ਦਾ, ਰੱਬ ਤੋਂ ਬਗੈਰ ਥਾਂ ਥਾਂ ਜ਼ਿਲ੍ਹਿਆਂ ਵਿੱਚ ਵਿਕਦੀ ਸਮੈਕ ਅੱਜ ਦੀ ਜਵਾਨੀ। ਓਏ ਅੱਜ ਦੀ ਜਵਾਨੀ ਵੇਖੋ ਕੀ ਪਈ ਕਰਦੀ, ਅੱਜ ਦੀ ਜਵਾਨੀ ਵੇਖੋ ਨਸ਼ਿਆਂ 'ਚ ਗਲ ਗਈ। ਓਏ ਅੱਜ ਦੀ ਜਵਾਨੀ ਵੇਖੋ ਨਸ਼ਿਆਂ 'ਚ ਗਲ ਗਈ, ਨਸ਼ਿਆਂ ਦੇ ਵਿੱਚ ਅਸੀਂ ਹੋਏ ਪੈ ਚੂਰਿਆਂ, ਕਲਗੀ ਧਰ ਦੀ ਸਿੱਖੀ ਤੋਂ ਹੋਏ ਪੈ ਦੂਰਿਆਂ। ਪਹਿਲੀ ਜਵਾਨੀ, ਉਹ ਪਹਿਲੀ ਜਵਾਨੀ ਖੰਡੇ ਦੀਆਂ ਧਾਰਾਂ 'ਤੇ ਨੱਚਦੀ, ਤਾਂ ਫਿਰ ਅੱਜ ਦੀ ਜਵਾਨੀ ਵੇਖੋ ਨਸ਼ਿਆਂ 'ਚ ਗਲ ਗਈ, ਅੱਜ ਦੀ ਜਵਾਨੀ ਵੇਖੋ ਨਸ਼ਿਆਂ 'ਚ ਗਲ ਗਈ। ਕਲਯੁੱਗ ਵਿੱਚ ਲੋਕ, ਓਏ ਕਲਯੁੱਗ ਵਿੱਚ ਲੋਕ ਦਿੰਦੇ ਨੇ ਦੁਹਾਈ, ਆਪਸ ਵਿੱਚ ਮਿਲ ਕੇ ਨਾ ਕੋਈ ਰਹਿੰਦਾ ਭਾਈ ਭਾਈ। ਅੱਜ ਹਰ ਜਗ੍ਹਾ ਉੱਤੇ, ਓਏ ਅੱਜ ਹਰ ਜਗ੍ਹਾ ਉੱਤੇ ਰਿਸ਼ਵਤ ਚੱਲਦੀ, ਅੱਜ ਦੀ ਜਵਾਨੀ ਵੇਖੋ ਨਸ਼ਿਆਂ 'ਚ ਗਲ ਗਈ, ਓਏ ਅੱਜ ਦੀ ਜਵਾਨੀ ਵੇਖੋ ਨਸ਼ਿਆਂ 'ਚ ਗਲ ਗਈ। ਰੱਬ ਜਾਣੇ ਮਿੱਟੂ ਕਦੋਂ ਪੱਸਰਿਆ ਹਨੇਰਾ, ਮੁੱਕ ਜਾਊ ਰਾਤ ਕਾਲੀ ਹੋਊਗਾ ਸਵੇਰਾ। ਗੁਰੂ ਦੀ ਬਾਣੀ, ਗੁਰੂ ਦੀ ਬਾਣੀ ਰਜਨੀਤ ਇਹੋ ਸੇ ਦੱਸਦੀ, ਤਾਂ ਫਿਰ ਅੱਜ ਦੀ ਜਵਾਨੀ ਵੇਖੋ ਨਸ਼ਿਆਂ 'ਚ ਗਲ ਗਈ, ਅੱਜ ਦੀ ਜਵਾਨੀ ਵੇਖੋ ਨਸ਼ਿਆਂ 'ਚ ਗਲ ਗਈ, ਅੱਜ ਦੀ ਜਵਾਨੀ ਵੇਖੋ ਨਸ਼ਿਆਂ 'ਚ ਗਲ ਗਈ। ਹੈਲੋ, ਮੈਂ ਗੁਰਕੀਰਤ ਦੀ ਛੋਟੀ ਸਿਸਟਰ ਹਾਂ, ਅਤੇ ਅਸੀਂ ਪਹਿਲਾਂ ਪਰਮਾਤਮਾ ਦਾ ਮੈਂ ਤਾਂ ਥੈਂਕਸ ਕਰਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਐਡਾ ਵਧੀਆ ਗਿਫਟ ਦਿੱਤਾ, ਗੋਡ ਗਿਫਟ ਮਿਲਿਆ ਹੋਇਆ ਸਾਨੂੰ ਗੁਰਕੀਰਤ ਸਿੰਘ। ਅਤੇ ਗੁਰਕੀਰਤ ਸਿੰਘ ਬਹੁਤ ਹੀ ਨਾਈਸ ਬੱਚਾ ਵਾ, ਬਟ ਇਹ ਲੜਦਾ ਤਾਂ ਬਹੁਤ ਜ਼ਿਆਦਾ ਵਾ, ਇਹਨੇ ਗੱਲ ਗੱਲ 'ਤੇ ਮੇਰੇ ਨਾਲ ਲੜਦਾ ਰਹਿਣਾ ਵਾ। ਜੇਕਰ ਮੈਂ ਟੀ ਵੀ ਫੜ ਲੈਣਾ ਇਹਨੇ ਟੀ ਵੀ 'ਤੇ ਹੋ ਜਾਣਾ, ਇਹਨੇ ਹਰ ਜਗ੍ਹਾ 'ਤੇ ਮੇਰੇ ਨਾਲ ਲੜਾਈ ਕਰਦਾ ਰਹਿੰਦਾ ਵਾ, ਬਟ ਇਹ ਨਾਈਸ ਵੀ ਬਹੁਤ ਜ਼ਿਆਦਾ, ਪੜ੍ਹਾਈ ਦੇ ਵਿੱਚ ਵੀ ਬਹੁਤ ਹੀ ਲਾਇਕ ਬੱਚਾ ਵਾ। ਇਸ ਨੇ ਮਤਲਬ ਕਿਸੇ ਦਾ ਬੁਰਾ ਨਹੀਂ ਇਹਨੇ ਕਦੀ ਵੀ ਸੋਚਣਾ, ਅਤੇ ਹਮੇਸ਼ਾ ਹੀ ਇਹਨੇ ਰੱਬ ਦਾ ਨਾਂ ਲਿਆ ਵਾ ਅਤੇ ਬਹੁਤ ਸਾਰੀਆਂ ਬੁੱਕਸ ਵੀ ਪੜ੍ਹਦਾ ਰਿਹਾ ਵਾ। ਇਹਨੂੰ ਸਟਾਰਟਿੰਗ ਤੋਂ ਹੀ ਪੋਇਟਰੀ ਦੇ ਵਿੱਚ ਜਾਂ ਕੁਛ ਵੀ ਕਿਸੇ ਵੀ ਫੀਲਡ ਦੇ ਵਿੱਚ ਜਾਣ ਦਾ ਇਹਨੂੰ ਇਹ ਬਹੁਤ ਸ਼ੌਂਕ ਸੀ ਕਿ ਮੈਂ ਜਾਵਾਂ ਅਤੇ ਇੱਕ ਵਧੀਆ ਇਨਸਾਨ ਬਣ ਕੇ ਆਵਾਂ। ਹੁਣ ਅਸੀਂ KKHD ਵਾਲਿਆਂ ਦੇ ਡਾਇਰੈਕਟਰ ਅਤੇ ਪ੍ਰੋਡਿਊਸਰ ਵਰੁਣ ਬਾਂਸਲ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਬੱਚਿਆਂ ਵਾਸਤੇ ਇੰਨਾ ਵਧੀਆ ਪਲੇਟਫਾਰਮ ਤਿਆਰ ਕੀਤਾ ਅਤੇ ਬੱਚਿਆਂ ਨੂੰ ਆਪਣਾ ਹੁਨਰ ਵਿਖਾਉਣ ਦਾ ਮੌਕਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਮੇਰਾ ਭਗੂਪੁਰ, ਨਾਮ ਜਸਵਿੰਦਰ ਸਿੰਘ, ਗੁਰਕੀਰਤ ਦਾ ਮੈਂ ਚਾਚਾ ਜੀ। ਗੁਰਕੀਰਤ ਪੜ੍ਹਾਈ ਦੇ ਵਿੱਚ ਵੀ ਪਹਿਲੇ ਨੰਬਰ 'ਤੇ ਆਉਂਦੇ ਰਹੇ ਅਤੇ ਕਵਿਤਾ 'ਚ ਪਹਿਲੇ ਨੰਬਰ 'ਤੇ ਆਉਂਦੇ ਰਹੇ ਅਤੇ ਪਤੰਗਾਂ 'ਚ ਵੀ ਪਹਿਲੇ ਨੰਬਰ 'ਤੇ ਆਉਂਦੇ ਰਹੇ। ਪਤੰਗ ਵੇਚਾ ਪਾਉਂਦੇ ਉਹਦੇ 'ਚ ਵੀ ਪਹਿਲੇ ਨੰਬਰ 'ਤੇ ਆਉਂਦੇ ਰਹੇ। ਇਹ ਕਹਿੰਦੇ ਹਾਂ ਕਿ ਗਾਂਹ ਮਹਾਰਾਜ ਕਵਿਤਾ ਫਿਰ ਪੜ੍ਹੇ, ਮਹਾਰਾਜ ਨਾਲ ਤਰੱਕੀ ਬਖਸ਼ੇ ਅਤੇ ਦੂਰ ਤੱਕ ਛਾਲਾ ਮਾਰ।
ਸਾਡਾ ਬਹੁਤ ਵੱਡਾ ਪਰਿਵਾਰ ਆ, ਇਸ ਵਿੱਚ ਬਹੁਤ ਹੀ ਸਾਰੇ ਜੀਅ ਲੈ ਗਿਆ ਅਤੇ ਇਹਨੇ ਇਸ ਮੁੰਡੇ ਨੇ ਸਾਡਾ ਪਹਿਲੇ ਲਾਜ ਬਚਪਨ ਤੋਂ ਨਿੱਕੇ ਹੁੰਦੇ ਤੋਂ ਗੁਰਦੁਆਰਿਆਂ ਦੇ ਵਿੱਚ ਕਵਿਤਾ ਕਰਨੀਆਂ, ਧਾਰਮਿਕ ਸਥਾਨਾਂ ਦੇ ਕੰਮ ਕਰਨੇ ਇਹ ਬਹੁਤ ਭਾਗ ਲਿਆ ਨੇ ਅਤੇ ਇਹਨੇ ਸਾਨੂੰ ਬਹੁਤ ਮਾਣ ਦਿੱਤਾ। ਹੁਣ ਵੀ ਅਸੀਂ ਗਾਂਹ ਵੀ ਮਹਾਰਾਜ ਆਸ ਕਰਦੇ ਹਾਂ ਵੀ ਇਹਨਾਂ ਨੂੰ ਜਿਹੜੇ ਵੀ ਕੰਮ ਦੀ ਇਹਨੇ ਕਵਿਤਾ ਜੀ ਸ਼ੋਅ ਸ਼ੁਰੂ ਕੀਤਾ ਉਹ 'ਚ ਇਹਨੂੰ ਕਾਮਯਾਬੀ ਮਿਲੇ ਅਤੇ ਸਾਡਾ ਨਾਂ ਰੋਸ਼ਨ ਕਰੇ। KKHD ਦੇ ਪ੍ਰੋਡਿਊਸਰ ਮਿਸਟਰ ਵਰੁਣ ਬੰਸਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜੋ ਇਹਨਾਂ ਨੇ ਇਹ ਬੱਚਿਆਂ ਵਾਸਤੇ ਇਹ ਉਪਰਾਲਾ ਕੀਤਾ ਵਾ। ਮੈਂ ਦੇਖਦਾ ਹੁੰਦਾ ਸੀ TV ਵਿੱਚ ਜ਼ਿਆਦਾਤਰ ਵੋਇਸ ਆਫ ਪੰਜਾਬ, ਮਿਸਟਰ ਪੰਜਾਬ ਇਹੋ ਜਿਹੇ ਸ਼ੋਅ ਹੀ ਕਰਦੇ ਸੀ, ਪਰ ਇਹ ਕਵਿਤਾ ਵਾਲਾ ਕੰਪੀਟੀਸ਼ਨ ਮੈਂ ਪਹਿਲੀ ਵਾਰ ਦੇਖਿਆ ਵਾ ਅਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ।